अस्सलाम वालेकुम दोस्तों, मैं हूं सगीर अहमद और यूट्यूब चैनल पर आपको खुशामदीद कहता हूं। तो दोस्तों आइए हम आपको आज बताते हैं कि ज़िगज़ैग भट्टी की किस तरह हमने जलाई करनी है और किस तरह हमने इसको पकाना है। अस्सलाम वालेकुम जट्टा, की हाल है? ठीक ठाक, और सब खैरियत है? अल्लाह पाक का करम। ए हम पट्टा ज़िगज़ैग दे? हाँ जी। ਤੇ ਬਾਈ ਜੀ ਤੁਹਾਨੂੰ ਜ਼ਿਗਜ਼ੈਗ ਤੇ ਜਿਹੜੇ ਪੱਠਾ ਹੋਇਆ ਉਦੋਂ ਦਾ ਤੁਹਾਨੂੰ ਕੀ ਫਾਇਦਾ ਹੋਇਆ ਇਹਦਾ? ਕੀ ਤੇ ਕੋਈ ਸਾਨੂੰ ਭਾਈ ਇੱਕ ਦਾ ਫਾਇਦਾ, ਇੱਕ ਦਾ ਕਾਲੇ ਨਹੀਂ ਹੋਣਾ ਪੈਂਦਾ ਤੇ ਇੱਕ ਸਾਹ ਸੂ ਦੀ ਮਸਲੇ ਤੋਂ ਨਾ ਇਹ ਸੈਟ ਹੈ ਗੈਸ ਸਭ ਥੱਲੇ ਜਾ ਰਹੇ ਆ। ਥੱਲੇ ਜਾ ਰਹੀ ਹੈ? ਹਾਂਜੀ। ਆ ਵੇਖੇ ਨਾ ਹੁਣ ਆ ਕੋਲਾ ਪਾਇਆ ਤੇ ਬਿਲਕੁਲ ਜਿਹੜਾ ਆਪਣਾ ਸਭ ਗੈਸ ਵਗੈਰਾ ਸਭ ਥੱਲੇ ਜਾ ਰਹੀ ਹੈ। ਹਾਂਜੀ, ਇਹਦੀ ਲੰਬ ਨਹੀਂ ਉੱਤੇ ਆਉਂਦੀ। ਲੰਬ ਨਹੀਂ ਆਉਂਦੀ ਉੱਤੇ, ਸਹੀ। ਅੱਛਾ ਕਿੰਨੀਆਂ ਲੈਣਾ ਤੁਸੀਂ ਆਪਣਾ? ਖੋਲੀਆਂ ਨਹੀਂ ਦੀਆਂ ਇੰਨੀਆਂ ਭਾਈ, ਸਾਡੀਆਂ 10 ਖੁੱਲੀਆਂ ਹਨ। 10 ਖੁੱਲੀਆਂ ਨੇ ਤੇ ਆਪਣਾ 10 ਲੜਾਂ ਦੀ ਚੁਕਾਈ ਕਰ ਰਹੇ ਜੇ? ਹਾਂਜੀ, ਨਵਾਂ ਦੀ ਸੱਤ ਕੋਲੇ ਤੇ ਦੋ ਬੂਰੇ ਤੇ। ਸੱਤ ਕੋਲੇ ਤੇ ਸੱਤ ਦੋ ਬੂਰੇ ਤੇ। ਤੇ ਕਿਹੜੀ ਲਾਈਨ ਬੁਰਾ ਲਾ ਰਹੇ ਤੁਸੀਂ? ਇੰਨੇ ਬੁਰਾ ਲੱਗਦਾ ਪਹਿਲੇ ਨਹੀਂ ਲੱਗਦਾ, ਹੁਣ ਬੁਰਾ ਲਾ ਰਹੇ ਜੇ? ਹਾਂਜੀ। ਤੇ ਕੋਲਾ ਕਿਉਂ, ਇਹਨੂੰ ਕੋਲਾ ਨਹੀਂ ਲਾ ਸਕਦੇ? ਨਹੀਂ। ਕਿਉਂ? ਅਜਾ ਜਦ ਪਾਕਟ ਫੁੱਲ ਸਾਫ ਹੋਣਗੇ ਉਦੋਂ ਲਾਵਾਂਗੇ। ਲਾਈਨ ਬਿਲਕੁਲ ਸਾਫ ਹੋ ਜਾਏਗੀ ਉਦੋਂ ਲਾਵਾਂਗੇ। ਸਹੀ, ਠੀਕ ਹੋ ਗਿਆ। ਤੇ ਕੋਲਾ ਕਿਹੜੀ ਲਾਈਨ ਲਾ ਰਹੇ ਜੇ? ਅੱਛਾ, ਜਿਹੜਾ ਪਹਿਲਾ ਪੱਠਾ ਸੀ ਪ੍ਰਾਈ ਪਹਿਲੇ ਸੀ, ਉੱਥੇ ਤੁਸੀਂ ਕਿੰਨੇ ਬੰਦੇ ਕੰਮ ਕਰਦੇ ਸੀ ਉਦੋਂ? 4 ਬੰਦੇ। 4 ਬੰਦੇ ਤਾਂ ਹੁਣ ਕਿੰਨੇ ਕੰਮ ਕਰ ਰਹੇ ਹੋ? 6 ਬੰਦੇ। ਇਹ ਤੁਹਾਨੂੰ ਫਾਇਦਾ ਹੋਇਆ ਇਸ ਚੀਜ਼ ਦਾ? ਹੈ। ਹਾਂਜੀ, ਠੀਕ ਹੋ ਗਿਆ। ਇਹ ਕੰਮ ਉਸ ਨਾਲੋਂ ਸਖਤ ਜ਼ਿਆਦਾ ਹੈ ਕਿ ਨਹੀਂ? ਕਿ ਸਹੀ ਹੈ ਕੰਮ, ਤੁਹਾਡੀ ਸਮਝ 'ਚ ਹੈ ਗੱਲ? ਬਿਲਕੁਲ ਇਹ ਸੌਖਾ ਹੁੰਦੇ ਨਾਲ ਸੌਖਾ, ਬਿਲਕੁਲ ਸਹੀ ਹੋ ਗਿਆ। ਇਹ ਜਿਹੜੇ ਬੰਦੇ ਕਹਿੰਦੇ ਨੇ ਯਾਰ ਜ਼ਿਗਜ਼ੈਗ ਤੇ ਸਾਡਾ ਕੰਮ ਨਹੀਂ ਸਹੀ ਚੱਲ ਰਿਹਾ, ਸਾਡਾ ਖਿੰਗਰ ਜ਼ਿਆਦਾ ਬਣ ਰਿਹਾ ਹੈ, ਜਾਂ ਮਸਲਨ ਸਾਡੀ 8-2 ਨਿਕਲ ਰਹੀ ਹੈ, ਕੀ ਵਜ੍ਹਾ ਕੀ ਹੈ, ਮਸਲਾ ਕੀ ਹੈ ਇਹਨਾਂ ਨੂੰ? ਮਸਲਾ ਇਹੋ ਹੀ ਹੈ ਕਿ ਉਹ ਸਪੀਡ ਦੇ ਉਹਨਾਂ ਦੇ ਘਾਟੇ ਵਾਦੇ ਨੇ, ਸਪੀਡ ਕਈ ਤੇ। ਇਹ ਭਾਈ ਜਿਹੜਾ ਨਾ ਪਹਿਲੇ ਬੰਦੇ ਸਮਝ ਨਹੀਂ ਆਉਂਦਾ, ਪਹਿਲੇ ਬੰਦੇ ਸਾਦੇ ਸੀ। ਅੱਛਾ। ਐ ਹੁੰਦੇ ਨਵੇਂ ਪੋਏ ਜਿਹਦੇ ਦੇਣ ਤੇ ਆ ਗਿਆ ਉਹਨੂੰ ਸਭ ਸੌਖਾ ਹੈ। ਦੋ ਭਰਾਈ ਵਾਲੇ, ਦੋ ਜਲਾਈ ਵਾਲੇ, ਇਹ ਫੁੱਲ ਕਾਰੀਗਰ ਹੋਣੇ ਚਾਹੀਦੇ। ਸਹੀ ਹੋ ਗਿਆ, ਨਹੀਂ ਪਹਿਲੇ ਵਾਲੇ ਪਰ ਦੇ ਪਿਛਲੇ ਪਰ ਪਹਿਲੇ ਵਾਲਾ ਸਿਸਟਮ ਨਹੀਂ ਹੈਗਾ ਯਾਨੀ ਕਿ? ਨਹੀਂ। ਠੀਕ ਹੋ ਗਿਆ, ਪਹਿਲੇ ਵਾਲਾ ਕੋਈ ਨਹੀਂ ਹੈਗਾ, ਜਿਹੜਾ ਸਟਿਆ ਕੋਲਾ ਦੇ ਬਾਹਰ। ਅੱਛਾ, ਜਦੋਂ ਚੁੰਨੀ ਤੁਹਾਡੀ ਖਿਚਾਈ ਕਰਦੀ ਹੈ ਤੁਹਾਨੂੰ ਮਸਲ ਕਿਵੇਂ ਪਤਾ ਲੱਗਦਾ ਹੈ? ਕਿੰਨੀ ਲੈਣਾ ਸਫਾਈ ਸਾਫ਼ ਰੱਖਣੀ ਤੁਸੀਂ? ਅਸੀਂ ਲੈਣਾ 7 ਫੁੱਲ ਸਾਫ਼ ਰੱਖਣੀਆਂ, 2 ਬੂਰੇ ਦੇ ਰੱਖਣੀਆਂ। 2 ਬੂਰੇ ਤੇ ਰੱਖਣੀਆਂ ਨੇ। ਤੇ ਜਦੋਂ ਚੁੰਨੀ ਤੁਹਾਡੀ ਖਿਚਾਈ ਕਰੇਗੀ ਇਹ ਕਿਸ ਤਰ੍ਹਾਂ ਪਤਾ ਲੱਗਦਾ? ਬੂਰੇ ਤੋਂ ਲੱਗੇਗਾ ਪਤਾ। ਕਿਸ ਤਰ੍ਹਾਂ ਲੱਗਣਾ ਪਤਾ ਦੱਸੋਗਾ ਮੈਨੂੰ ਪਤਾ? ਇਹ ਕੋਈ ਹੋਰ ਬੰਦੇ ਨੇ ਬੂਰਾ ਲਾਇਆ ਹੈ ਨਾ, ਜੇ ਪਾਗੜ ਤੇ ਖਿਲਾਰ ਕੇ ਮਚਾਏਗੀ ਨਾ ਉਦੋਂ ਠੀਕ ਹੈ, ਜੋ ਲਾਪਰ ਕਹਿਗਾ ਮਾਰੇਗੀ ਨਾ ਉਦੋਂ ਕੰਮ ਖਰਾਬ ਹੈ। ਉਦੋਂ ਚਿਮਨੀ ਖਿਚਾਈ ਕਰ ਰਹੀ ਜਿਹੜਾ ਬੂਰਾ ਪਾਗੜ ਦਾ ਪਿਆ ਹੋਇਆ ਜਿਹੜਾ। ਹਾਂਜੀ, ਇਹ ਜਦੋਂ ਉਡਾ ਕੇ ਗੱਲ ਜਾਏਗੀ ਅੱਛਾ ਉਦੋਂ ਕੰਮ ਖਰਾਬ ਹੈ, ਜਦੋਂ ਖਲੋ ਕੇ ਮਚਾਏਗੀ ਉਦੋਂ ਠੀਕ ਹੈ। ਯਾਨੀ ਕਿ ਜਦੋਂ ਉਹ ਨਿਕਲੇ ਤਾਂ ਬੂਰਾ ਪਿਆ ਹੈ। ਹਾਂਜੀ, ਆ ਜਿਵੇਂ ਆ ਬੂਰਾ ਬਣ ਗਿਆ। ਹੁਣ ਤੁਸੀਂ ਯਾਨੀ ਕਿ ਕਿੰਨੇ ਬੰਦੇ ਯਾਨੀ ਕਿ ਕੰਮ ਕਰਦੇ ਹੋ? ਯਾਨੀ ਕਿ 3 ਬੰਦੇ ਜੇ, ਕਿਸ ਤਰ੍ਹਾਂ ਰੂਟੀਨ ਬਣਾਈ ਤੁਸੀਂ? ਅਸੀਂ 3 ਬੰਦੇ ਇੱਕ ਪਾਰੇ ਤੇ। ਅੱਛਾ, ਤੇ 3 ਦੂਸਰੇ ਪਾਰੇ ਤੇ 6 ਬੰਦੇ। ਤੇ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਆਪਣਾ ਕੰਮ ਕਰਦੇ ਹੋ ਮਸਲਨ? ਕਿ ਵੀ ਇੱਕ ਬੰਦਾ ਲਾਉਂਦਾ ਪਿਆ, 2 ਉਹਦੇ ਕੋਲ ਬੈਠੇ। ਅੱਛਾ, ਕਿ ਵੀ ਅੱਧਾ ਅੱਧਾ ਘੰਟਾ ਹਰ ਬੰਦੇ ਲਾਉਂਦੇ? ਹਰ ਬੰਦੇ ਲਾਉਣਾ। ਹਾਂਜੀ, ਤੇ ਇਕੱਠੇ ਯਾਨੀ ਕਿ 2 ਬੰਦੇ ਯਾਨੀ ਕਿ ਲਾਓਗੇ ਤੇ ਕਿਸ ਤਰ੍ਹਾਂ ਮਸਲਨ? ਉਹ ਫਿਰ ਕੋਲਾ ਕੱਚਾ ਰਹੇਗਾ ਥੱਲੇ, ਕੋਲਾ ਬਲਣਾ ਨਹੀਂ ਹੈਗਾ, ਕੋਲਾ ਨਹੀਂ ਬਲਣਾ। ਠੀਕ ਹੋ ਗਿਆ। ਇਹ ਸਾਡਾ ਚੈਂਬਰ ਫੁੱਲ ਤਿਆਰ ਪਿਆ ਹੈ। ਫੁੱਲ ਤਿਆਰ ਪਿਆ? ਫੁੱਲ ਤਿਆਰ ਪਿਆ। ਆ ਵੇਖ ਲਓ, ਮਾਸ਼ਾਅੱਲਾ, ਜ਼ਬਰਦਸਤ। ਵੇਖ ਲਓ ਤਲੇ 'ਚ ਕੋਈ ਨਿਸ਼ਾਨ ਨਹੀਂ ਹੈਗਾ ਬਿਲਕੁਲ ਵੀ। ਦੋ ਲੈਣ ਅਸੀਂ ਬੈਠੇ ਕੇ ਰੱਖਣੇ। ਦੋ ਲੈਣ ਬੈਠੇ ਕੇ ਰੱਖ ਦਿਓ? ਦੋ ਲੈਣਾਂ ਚੁੱਕਣਗੇ, ਇੱਕ ਚੈਂਬਰ ਚੁੱਕਣਗੇ, ਇੱਕ ਚੈਂਬਰ ਅਸੀਂ ਚੁੱਕਾਂਗੇ। ਇਹ ਦੋ ਲੈਣ ਤੁਹਾਨੂੰ ਬੈਠੇ ਦੇਣੇ ਪੈਣੇ। ਆ ਵੇਖ ਲਓ, ਅਗਰ ਜਨਾਬ ਤੁਸੀਂ ਜਦੋਂ ਲੈਣ ਚੈਂਬਰ ਚੁੱਕਣਾ ਹੈ ਇਹਦੇ 'ਚ ਬਿਲਕੁਲ ਤਲੀ 'ਚ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ, ਕੋਈ ਠੰਡਕ ਵਗੈਰਾ ਨਹੀਂ ਹੋਣੀ ਚਾਹੀਦੀ, ਖੁਸ਼ਕੀ ਨਹੀਂ ਹੋਣੀ ਚਾਹੀਦੀ, ਖੁਸ਼ਕੀ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ। ਅਗਰ ਖੁਸ਼ਕੀ ਆਏਗੀ ਤਾਂ ਮਾਲ ਵੀ ਨੁਕਸਾਨ ਹੈ ਥੱਲੇ ਰੱਦ ਜਾਣਗੇ। ਤੇ ਜਦੋਂ ਤੁਸੀਂ ਲੈਣ ਚੁੱਕਣੀ ਹੈ ਕਿਨਾਰੇ ਬਿਲਕੁਲ ਫਟੇ ਹੋਣੇ ਚਾਹੀਦੇ, ਕਿਨਾਰੇ ਬਿਲਕੁਲ ਟੁੱਟੇ ਹੋਣਗੇ, ਬਿਲਕੁਲ ਟੁੱਟੇ ਹੋਣੇ ਚਾਹੀਦੇ ਬਿਲਕੁਲ। ਜਾਂ ਬੈਠੇ ਵੇਖੋ, ਮਾਸ਼ਾਅੱਲਾ ਜ਼ਬਰਦਸਤ, ਕੋਈ ਟੋਇਆ ਨਹੀਂ ਹੈ ਕਿਤੇ, ਕੋਈ ਚੱਕਰ ਨਹੀਂ ਹੈਗਾ ਬਾਈ ਜੀ।
ਚਲੋ ਲਾਈਟਿੰਗ ਵੀ ਕਮਾਲ ਦੀ ਕੀਤੀ ਹੋਈ ਹੈ ਜਨਾਬ। ਟੈਕ ਖੁੱਲਾ ਕਿੰਨੇ ਫੁੱਟ ਤੇ ਚੱਲ ਰਿਹਾ ਇਸ ਟਾਈਮ? ਚੌਥਾ ਚੱਲਦਾ, ਚੌਥਾ ਚੱਲ ਰਿਹਾ। ਚੌਥਾ ਖੁੱਡਾ ਚੱਲ ਰਿਹਾ ਇਸ ਟਾਈਮ। ਕਿੰਨੇ ਫੁੱਟ ਤੇ ਹੈਗਾ? ਇਹ 60 ਫੁੱਟ ਤੇ। ਇਹ 60 ਫੁੱਟ ਤੇ ਖੁੱਡਾ ਅੰਦਰ ਚੱਲਣਾ ਚਾਹੀਦਾ ਜ਼ਿਗ-ਜ਼ੈਗ ਭਰਾਈ ਦਾ। ਹਾਂਜੀ ਠੀਕ ਹੋ ਗਿਆ। ਤੇ ਇਸ ਟਾਈਮ ਸਪੀਡ ਕਿੰਨੀ ਚੱਲ ਰਹੀ ਪੱਖੇ ਦੀ, ਬਲੋਰ ਦੀ? ਇਸ ਟਾਈਮ 30 ਤੇ ਚੱਲਦੀ। 30 ਤੇ ਚੱਲਦੀ, 30 ਤੇ ਚਲਾਉਂਦੇ ਹੋ? ਹਾਂਜੀ, ਕਦੀ ਘੱਟ ਵੀ ਕਰ ਲਈ ਦੀ, ਕਦੀ ਵੱਧ ਵੀ ਪਾਉਂਡ ਕਰਨਾ ਪੈ ਜਾਂਦਾ। ਠੀਕ ਹੋ ਗਿਆ। ਅਸੀਂ ਪਿੱਛਾ ਵੇਖਣਾ ਹੁੰਦਾ, ਅਗਰ ਪਿੱਛੇ ਸਹੀ ਹੈ ਤਾਂ ਬੈਠਕ ਦੇਖਾ ਲਓ।